सिद्धू मूसेवाले वालों इन लाइनों के बलकार अनखीले का जिक्र किया गया है। बलकार अनखीला कौन सी ते सिद्धू मूसेवाले दे नाले दा किवें मेल होया ते किवें बलकार अनखीले ने सिद्धू की फिल्म लई थापियां गाना तैयार किया ते गाया, चलो इहदे बारे अज जानते हैं। बहुत सारे लोग बलकार अनखीले ते मनजिंदर गुलशन की जोड़ी तो चंगी तरह जाणू होणगे। अज की वीडियो दे विच इस जोड़ी दे नाल जुड़ियां कुछ इस तरह दीआं होर भी बहुत सारीआं गल्लां तुहाडे नाल सांझीआं करांगे जो कि तुहानूं पहलां नहीं पता होणगीआं। ਇਹਦੇ ਨਾਲ ਨਾਲ ਹੀ ਸਿੱਧੂ ਦੇ ਗਾਣੇ 410 ਦਾ ਅਸਲ ਵਿੱਚ ਮਤਲਬ ਕੀ ਹੈ ਇਹਦੇ ਬਾਰੇ ਵੀ ਜਾਣਾਂਗੇ, ਅਤੇ ਸ਼ੁਭ ਨੇ ਵੀ ਆਪਣੇ ਗੀਤਾਂ ਦੇ ਵਿੱਚ 410 ਦਾ ਜ਼ਿਕਰ ਕਿਉਂ ਕੀਤਾ ਹੈ ਇਹਦੇ ਬਾਰੇ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ। ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਬਲਕਾਰ ਅਣਖੀਲੇ ਬਾਰੇ। ਬਲਕਾਰ ਅਣਖੀਲੇ ਨੂੰ ਬਚਪਨ ਤੋਂ ਹੀ ਗਾਇਕੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ। ਬਲਕਾਰ ਅਣਖੀਲੇ ਨੂੰ ਜਦੋਂ ਵੀ ਮੌਕਾ ਮਿਲਦਾ ਉਹ ਆਪਣੇ ਸਮੇਂ ਦੇ ਉਸ ਟਾਈਮ ਦੇ ਜੋ ਮਸ਼ਹੂਰ ਕਲਾਕਾਰ ਸੀ ਉਹਨਾਂ ਦੇ ਨਾਲ ਜ਼ਰੂਰ ਗਾਇਆ ਕਰਦੇ ਸਨ। ਬਲਕਾਰ ਅਣਖੀਲਾ ਆਪਣੇ ਸਮੇਂ ਦੇ ਮਸ਼ਹੂਰ ਕਲਾਕਾਰਾਂ ਚਮਕੀਲਾ, ਸੁਰਿੰਦਰ ਸ਼ਿੰਦਾ ਅਤੇ ਸਦੀਕ ਦੇ ਅਖਾੜੇ ਸਭ ਤੋਂ ਅੱਗੇ ਬਹਿ ਕੇ ਸੁਣਦਾ ਹੁੰਦਾ ਸੀ। ਗਾਇਕੀ ਦੇ ਨਾਲ ਨਾਲ ਅਣਖੀਲੇ ਨੇ ਡਰਾਮਾ ਵੀ ਸਿੱਖਿਆ। ਬਲਕਾਰ ਅਣਖੀਲੇ ਨੇ ਆਪਣਾ ਪਹਿਲਾ ਗੀਤ ਉਸ ਸਮੇਂ ਦੀ ਬੜੀ ਹੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਦੇ ਨਾਲ ਰਿਲੀਜ਼ ਕੀਤਾ, ਜਿਸ ਦੇ ਬੋਲ ਕੋ ਜਸਵਿੰਦਰ ਬਰਾੜ ਅਤੇ ਬਲਕਾਰ ਅਣਖੀਲੇ ਦੀ ਜੋੜੀ ਜ਼ਿਆਦਾ ਸਮਾਂ ਤੱਕ ਨਾ ਟਿਕ ਪਾਈ, ਜਿਸ ਦਾ ਕਾਰਨ ਬਲਕਾਰ ਅਣਖੀਲੇ ਨੇ ਇਹ ਦੱਸਿਆ ਸੀ ਕਿ ਉਸ ਸਮੇਂ ਫੀਮੇਲ ਸਿੰਗਰਸ ਨੂੰ ਜ਼ਿਆਦਾ ਕੰਮ ਨਹੀਂ ਸੀ ਮਿਲਦਾ, ਇਸ ਕਰਕੇ ਉਹ ਜਿਸ ਵੀ ਮੇਲ ਸਿੰਗਰ ਦੇ ਨਾਲ ਕੰਮ ਮਿਲਦਾ ਸੀ ਉਸੇ ਨਾਲ ਹੀ ਗਾਉਣ ਲੱਗ ਜਾਂਦੀਆਂ ਸਨ। ਸੋ ਇਸ ਕਰਕੇ ਕਈ ਵਾਰ ਉਹਨਾਂ ਨੂੰ ਇਸ ਕਾਰਨਾਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਵੀ ਝੱਲਣਾ ਪੈਂਦਾ ਸੀ। ਇਸ ਤੋਂ ਬਾਅਦ ਜਸਵਿੰਦਰ ਬਰਾੜ ਦੇ ਨਾਲ ਜੋੜੀ ਤੋੜਨ ਤੋਂ ਬਾਅਦ ਬਲਕਾਰ ਅਣਖੀਲੇ ਨੇ ਮਨਜਿੰਦਰ ਗੁਲਸ਼ਨ ਦੇ ਨਾਲ ਵਿਆਹ ਕਰਵਾ ਲਿਆ ਅਤੇ ਆਪਣੀ ਇੱਕ ਪੱਕੀ ਜੋੜੀ ਬਣਾ ਲਈ। ਮਨਜਿੰਦਰ ਗੁਲਸ਼ਨ ਦੇ ਨਾਲ ਬਲਕਾਰ ਅਣਖੀਲੇ ਨੇ ਆਪਣੀ ਦੂਸਰੀ ਟੇਪ ਬਿਸਕੁਟ ਵੇਸਨ ਦਾ ਪਹਿਲੀ ਵਾਰ ਰਿਲੀਜ਼ ਕੀਤੀ। ਸਮਾਂ ਬੀਤਦਾ ਗਿਆ ਅਤੇ ਇਹਨਾਂ ਦੋਨਾਂ ਨੇ ਮਿਲ ਕੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਏ। ਇਸ ਤਰ੍ਹਾਂ ਦੇ ਹੋਰ ਵੀ ਕਈ ਸੁਪਰ ਹਿੱਟ ਗੀਤ ਇਹਨਾਂ ਦੋਨਾਂ ਨੇ ਮਿਲ ਕੇ ਗਾਏ। ਇਹ ਸਾਰੇ ਗੀਤ ਤੁਸੀਂ ਅੱਜ ਵੀ ਇੰਟਰਨੈਟ ਦੇ ਉੱਤੇ ਦੇਖ ਸਕਦੇ ਹੋ, ਜਿਨ੍ਹਾਂ ਦੇ ਵਿਊ ਅੱਜ ਮਿਲੀਅਨਸ ਦੇ ਵਿੱਚ ਜਾ ਚੁੱਕੇ ਹਨ। ਹੁਣ ਆਪਾਂ ਇੱਥੇ ਤੁਹਾਨੂੰ ਦੱਸਦੇ ਹਾਂ ਕਿ ਸਿੱਧੂ ਦਾ ਮੇਲ ਅਣਖੀਲੇ ਦੇ ਨਾਲ ਕਿਵੇਂ ਹੋਇਆ। ਅੱਜ ਤੋਂ ਕੁਝ ਸਮੇਂ ਪਹਿਲਾਂ ਸਿੱਧੂ ਆਪਣਾ ਇੱਕ ਟਰੈਕਟਰ ਲੈ ਕੇ ਜਾ ਰਿਹਾ ਸੀ, ਜਿਹਦੇ ਉੱਤੇ ਬਲਕਾਰ ਅਣਖੀਲੇ ਦਾ ਇਹ ਗਾਣਾ ਚੱਲ ਰਿਹਾ ਸੀ। ਇਹ ਕਲਿੱਪ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ, ਇਸ ਕਰਕੇ ਫਿਰ ਦੁਬਾਰਾ ਤੋਂ ਲੋਕ ਇਸ ਜੋੜੀ ਬਾਰੇ ਜਾਣਨ ਲੱਗੇ ਅਤੇ ਇਹਨਾਂ ਦੇ ਅਖਾੜਿਆਂ ਅਤੇ ਗਾਣਿਆਂ ਦੀ ਡਿਮਾਂਡ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵੱਧ ਗਈ। ਇਸ ਕਲਿੱਪ 'ਤੇ ਵਾਇਰਲ ਹੋਣ ਤੋਂ ਬਾਅਦ ਬਲਕਾਰ ਅਣਖੀਲਾ ਅਤੇ ਸਿੱਧੂ ਮੂਸੇਵਾਲਾ ਦੋਨੋਂ ਜਾਣੇ ਇਕੱਠੇ ਹੋਏ। ਸਿੱਧੂ ਨੇ ਬਲਕਾਰ ਅਣਖੀਲੇ ਨੂੰ ਆਪਣੀ ਫਿਲਮ ਮੂਸਾ ਜੱਟ ਲਈ ਗਾਣਾ ਲਿਖਣ ਲਈ ਆਖਿਆ। ਇਸ ਤੋਂ ਬਾਅਦ ਮਨਜਿੰਦਰ ਗੁਲਸ਼ਨ ਅਤੇ ਬਲਕਾਰ ਅਣਖੀਲੇ ਨੇ ਥਾਪੀਆਂ ਗਾਣਾ ਕਿੱਡ ਦੇ ਮਿਊਜ਼ਿਕ ਦੇ ਉੱਤੇ ਤਿਆਰ ਕੀਤਾ, ਜੋ ਕਾਫੀ ਜ਼ਿਆਦਾ ਹਿੱਟ ਵੀ ਰਿਹਾ। ਅਣਖੀਲੇ ਦੀ ਜ਼ਿੰਦਗੀ ਕਾਫ਼ੀ ਉਤਾਰ ਚੜਾਵ ਦੇ ਨਾਲ ਭਰੀ ਹੋਈ ਸੀ। ਇੱਕ ਵਾਰ ਅਣਖੀਲੇ ਦੇ ਉੱਤੇ ਝੂਠਾ ਚੋਰੀ ਦਾ ਇਲਜ਼ਾਮ ਵੀ ਲਗਾਇਆ ਗਿਆ, ਜਿਸ ਦੀ ਵਜ੍ਹਾ ਕਰਕੇ ਉਹਨੂੰ ਕਾਫ਼ੀ ਜ਼ਿਆਦਾ ਮੁਸੀਬਤਾਂ ਵੀ ਝੱਲਣੀਆਂ ਪਈਆਂ ਅਤੇ ਜੇਲ੍ਹ ਵੀ ਜਾਣਾ ਪਿਆ। ਇਸੇ ਸਮੇਂ ਦੌਰਾਨ ਉਸਨੂੰ ਥਾਣੇ ਅਤੇ ਅਦਾਲਤਾਂ ਦੇ ਚੱਕਰ ਵੀ ਲਗਾਉਣੇ ਪਏ। ਇਹਨਾਂ ਸਮਿਆਂ ਦੌਰਾਨ ਉਸ ਦਾ ਪੈਸੇ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸੀ, ਇੱਥੋਂ ਤੱਕ ਕਿ ਉਸ ਦੀ ਪਤਨੀ ਮਨਜਿੰਦਰ ਗੁਲਸ਼ਨ ਨੇ ਉਸ 'ਤੇ ਜੇਲ੍ਹ ਜਾਣ ਤੋਂ ਬਾਅਦ 12 ਅਖਾੜੇ ਇਕੱਲੀ ਨੇ ਲਾਏ। ਅਖੀਰ ਦੇ ਵਿੱਚ ਅਦਾਲਤ ਨੇ ਮਨਜਿੰਦਰ ਗੁਲਸ਼ਨ ਦੇ ਪਤੀ ਬਲਕਾਰ ਅਣਖੀਲੇ ਨੂੰ ਚੋਰੀ ਦੇ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ, ਕਿਉਂਕਿ ਜਿਸ ਦਿਨ ਚੋਰੀ ਹੋਈ ਸੀ ਉਸ ਦਿਨ ਬਲਕਾਰ ਅਣਖੀਲਾ ਰਾਣੀਪੁਰ ਪਿੰਡ ਦੇ ਵਿੱਚ ਖਾੜਾ ਲਗਾ ਰਿਹਾ ਸੀ। ਇਸ ਗੱਲ ਦੀ ਗਵਾਹੀ ਖੁਦ ਰਾਣੀਪੁਰ ਪਿੰਡ ਦੇ ਲੋਕਾਂ ਨੇ ਭਰੀ ਅਤੇ ਉਹਨਾਂ ਦੇ ਗਾਣੇ ਦੀਆਂ ਫੋਟੋਆਂ ਅਤੇ ਵੀਡੀਓ ਵੀ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ। ਇਸ ਤਰ੍ਹਾਂ ਕਾਫ਼ੀ ਲੰਬੇ ਸਮੇਂ ਬਾਅਦ ਉਸਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ। ਇੰਨੀਆਂ ਗੱਲਾਂ ਹੋਣ ਤੋਂ ਬਾਅਦ ਵੀ, ਜ਼ਿੰਦਗੀ ਦੇ ਵਿੱਚ ਇੰਨੇ ਉਤਾਰ ਚੜਾਵ ਆਉਣ ਤੋਂ ਬਾਅਦ ਵੀ ਸਿੱਧੂ ਦੇ ਇੱਕ ਟਰੈਕਟਰ ਦੇ ਉੱਤੇ ਗਾਣਾ ਵਜਾਉਣ ਕਰਕੇ ਇਹਨਾਂ ਦੀ ਜ਼ਿੰਦਗੀ ਅੱਜ ਪੀਕ ਦੇ ਉੱਤੇ ਚੱਲ ਰਹੀ ਹੈ। ਸਿੱਧੂ ਦੁਨੀਆ ਤੋਂ ਜਾਂਦਾ ਜਾਂਦਾ ਵੀ ਕਈ ਲੋਕਾਂ ਨੂੰ ਰੁਜ਼ਗਾਰ ਦੇ ਗਿਆ, ਜਿਨ੍ਹਾਂ ਦੀ ਇਗਜ਼ਾਮਪਲ ਤੁਸੀਂ ਅੱਜ ਬਹੁਤ ਜ਼ਿਆਦਾ ਲੋਕਾਂ ਨੂੰ ਦੇਖ ਸਕਦੇ ਹੋ। ਹੁਣ ਤੁਹਾਨੂੰ ਇੱਥੇ ਦੱਸਦੇ ਹਾਂ ਕਿ 410 ਦਾ ਮਤਲਬ ਕੀ ਹੈ। 410 ਇੱਥੇ ਟਾਈਮ ਅਤੇ ਬ੍ਰੈਮਟਨ ਦੇ ਹਾਈਵੇ ਨੰਬਰ ਦੇ ਵਜੋਂ ਵੀ ਵਰਤਿਆ ਗਿਆ ਹੈ। 410 ਦਾ ਜ਼ਿਕਰ ਸ਼ੁਭ ਨੇ ਆਪਣੇ ਗੀਤ ਸਟਿਲ ਰੋਲਿੰਗ ਦੇ ਵਿੱਚ ਵੀ ਕੀਤਾ ਸੀ। ਟੈਨ ਤੋਂ ਇਲਾਵਾ ਸਿੱਧੂ ਨੇ ਆਪਣੇ ਹੋਰ ਵੀ ਕਈ ਗੀਤਾਂ ਦੇ ਵਿੱਚ ਬ੍ਰੈਮਟਨ ਦੇ ਕਈ ਏਰੀਆ ਦਾ ਜ਼ਿਕਰ ਕੀਤਾ ਗਿਆ ਹੈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਵੀਡੀਓ। ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਅਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਵਾਲੀਆਂ ਵੀਡੀਓ ਦੇਖਣ ਲਈ ਸਾਡਾ ਚੈਨਲ ਹੁਣੇ ਸਬਸਕ੍ਰਾਈਬ ਕਰ ਲਿਓ। ਤੁਹਾਨੂੰ ਸਾਡੇ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਜ਼ਿਆਦੀਆਂ ਵੀਡੀਓ ਦੇਖ ਜਾਣਗੀਆਂ, ਤੁਸੀਂ ਉਹਨਾਂ ਨੂੰ ਵੀ ਜਾ ਕੇ ਜ਼ਰੂਰ ਚੈੱਕ ਕਰਿਓ ਅਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਜੇਕਰ ਤੁਸੀਂ ਕਿਸੇ ਖਾਸ ਟੌਪਿਕ ਦੇ ਉੱਤੇ ਵੀਡੀਓ ਦੇਖਣਾ ਚਾਹੁੰਦੇ ਜੇ ਤਾਂ ਸਾਨੂੰ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ, ਅਸੀਂ ਜਲਦੀ ਉਸ ਟੌਪਿਕ ਦੇ ਉੱਤੇ ਵੀਡੀਓ ਲੈ ਕੇ ਆਵਾਂਗੇ। ਸੋ ਧੰਨਵਾਦ।